ਇਹ ਢੋਲ ਦੀ ਥਾਪ ਤੇ ਥਿਰਕਦੇ ਪਿੰਡ ਵਾਸੀਆਂ ਲਈ ਅੱਜ ਕੋਈ ਖੁਸ਼ੀ ਦਾ ਠਿਕਾਣਾ ਨਹੀਂ ਹੈ। ਹੋਵੇ ਵੀ ਕਿਉਂ ਨਾ ਜਦੋਂ ਦੋ ਭਰਾਵਾਂ ਦਾ 72 ਸਾਲਾਂ ਬਾਅਦ ਮਿਲਾਪ ਹੋਇਆ ਹੋਵੇ। ਸਾਨੂੰ ਪਹਿਲੀ ਵਾਰੀ ਅਸੀਂ ਆਇਆ, ਸਾਨੂੰ ਬਹੁਤ ਖੁਸ਼ੀ ਹੋਈ ਆ। ਅਜੋ ਪਰੇ ਹੋਰ ਖੁਸ਼ੀ ਕੋਈ ਨਹੀਂ ਹੈ। ਸਾਡਾ ਹੋਰ ਰਿਸ਼ਤੇਦਾਰਾਂ ਸਾਰਿਆਂ ਨੂੰ ਈਦ ਦੇ ਚਾਂਦਾਂ ਨੂੰ ਕੰਮ ਹੋ ਗਿਆ, ਸਾਡਾ ਮੇਲਾ ਹੋ ਗਿਆ। ਹਾਂਜੀ, ਅਤੇ ਹਕੂਮਤ ਤੱਕ ਇਹ ਗੁਜ਼ਾਰਿਸ਼ ਆ ਕਿ ਸਾਡੇ ਵਰਗੇ ਹੋਰ ਵੀ ਕਈ ਟੁੱਟੇ ਹੋਏ ਆ, ਹੈ ਉਹਨਾਂ ਨੂੰ ਵੀ ਹਕੂਮਤ ਅੱਗੇ ਇਜਾਜ਼ਤ ਆ। ਦੋਨਾਂ ਅੱਗੇ, ਇੱਕ ਅੱਗੇ ਨਹੀਂ, ਕੋਈ ਨਰਮੀ ਵਰਤਣ, ਕਿਸੇ ਨੂੰ ਵੀਜ਼ਾ ਦੇ ਦੇਣ, ਵੀਜ਼ਾ ਤਾਂ ਦਿੰਦੇ ਹੀ ਨਹੀਂ। ਦਰਅਸਲ 1947 ਵਿੱਚ ਭਾਰਤ ਨੂੰ ਅੰਗਰੇਜ਼ਾਂ ਤੋਂ ਤਾਂ ਮੁਕਤੀ ਮਿਲ ਗਈ, ਪਰ ਉਸ ਸਮੇਂ ਦੇਸ਼ ਦੀ ਆਜ਼ਾਦੀ ਦੇ ਨਾਲ ਦੇਸ਼ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਅਜਿਹਾ ਵਿਛੋੜਾ ਮਿਲਿਆ ਕਿ ਉਸ ਨੂੰ ਮਿਲਾਪ ਕਰਨ ਵਿੱਚ 75 ਸਾਲ ਲੱਗ ਗਏ। ਜਿਸ ਦੀ ਇੱਕ ਉਦਾਹਰਣ ਮੁਹੰਮਦ ਸਦੀਕ ਦਾ ਪਰਿਵਾਰ ਹੈ। ਦਰਅਸਲ ਇਹ ਪਰਿਵਾਰ ਆਜ਼ਾਦੀ ਸਮੇਂ ਭਾਰਤ ਤੋਂ ਵਿਛੜ ਗਿਆ ਸੀ, ਜਿਸ ਨੂੰ 72 ਸਾਲ ਬਾਅਦ ਦੁਬਾਰਾ ਮਿਲਾਇਆ ਗਿਆ। ਰਾਬਤਾ ਜੀ ਅਸੀਂ ਬਸ ਪਤਾ ਲੱਗੀ ਗਿਆ ਹੌਲੀ ਹੌਲੀ, ਚਿੱਠੀਆਂ ਚੁੱਠੀਆਂ ਪਾ ਜੀ ਗਏ ਅਤੇ ਹੌਲੀ ਹੌਲੀ ਆ ਮੋਬਾਈਲਾਂ 'ਚ ਪਤਾ ਲੱਗਿਆ ਸਾਨੂੰ। ਫਿਰ ਅਸੀਂ ਢਿੱਲੋਂ ਨੂੰ ਕਿਹਾ, ਸਾਡੇ ਪਿੰਡੋਂ ਬੰਦਾ ਆ ਬੈਠਾ, ਇਹਨੇ ਭਾਲ ਭੁਲ ਕੇ ਉਹਨੂੰ ਕਿਹਾ ਵੀ ਗਾਹਾਂ ਇਹਨਾਂ ਨੇ ਆ ਬੀਜੀ ਗੱਲ ਕਰਕੇ ਅਤੇ ਸਾਡਾ ਇਹਨਾਂ ਨੇ ਮੇਲ ਕਰਾਇਆ। ਬਠਿੰਡਾ ਦੇ ਪਿੰਡ ਫੱਲੇਵਾਲ ਵਿਖੇ ਆਪਣੀ ਮਾਤਾ ਨਾਲ ਨਾਨਕੇ ਘਰ ਆਇਆ ਸਿੱਕਾ ਖਾਨ ਇੱਥੇ ਹੀ ਰਹਿ ਗਿਆ ਅਤੇ ਉਸਦਾ ਪਿਤਾ, ਭੈਣ ਅਤੇ ਭਰਾ ਪਾਕਿਸਤਾਨ ਦੇ ਫੈਸਲਾਬਾਦ ਚਲੇ ਗਏ। ਪਰ ਅੱਜ ਪਾਕਿਸਤਾਨ ਵਿਚਲਾ ਸਿੱਕਾ ਖਾਨ ਦਾ ਭਰਾ ਮੁਹੰਮਦ ਸਦੀਕ ਆਪਣੇ ਨਾਨਕੇ ਪਿੰਡ ਫੱਲੇਵਾਲ ਵਿਖੇ ਕਰੀਬ 74 ਸਾਲਾਂ ਬਾਅਦ ਭਾਰਤ ਆਪਣੇ ਨਾਨਕੇ ਪਿੰਡ ਪਰਤਿਆ। ਦੇਰ ਰਾਤ ਸਿੱਕਾ ਖਾਨ ਨਾਲ ਪਾਕਿਸਤਾਨ ਤੋਂ ਨਾਨਕੇ ਪਿੰਡ ਪਰਤੇ ਮੁਹੰਮਦ ਸਦੀਕ ਦਾ ਪਿੰਡ ਵਾਸੀਆਂ ਵੱਲੋਂ ਢੋਲ ਢਮੱਕੇ ਅਤੇ ਫੁੱਲਾਂ ਦੇ ਹਾਰ ਨਾਲ ਨਿੱਘਾ ਸਵਾਗਤ ਕੀਤਾ ਗਿਆ। ਮਾਂ ਠੀਕ ਆ ਜੀ, ਅਸੀਂ ਤਾਂ ਉਹਨਾਂ ਨੂੰ ਕਹਿੰਦੇ ਹਾਂ ਵੀ ਅਸੀਂ ਰਾਹ ਖੁੱਲ੍ਹਾ ਰਹੇ ਅਤੇ ਜਿਹੜੇ ਹੋਰ ਬੈਠੇ ਆ ਵਿਛੜੇ ਉਹ ਵੀ ਮਿਲ ਪੈਣ, ਸਾਡਾ ਵੀ ਰਾਹ ਖੁੱਲ੍ਹਾ ਆਉਣਾ ਜਾਣਾ ਬਣ ਜਾਵੇ, ਜਾਈਏ ਆਈਏ ਮਿਲ ਗਏ। ਉਹਨਾਂ ਨੂੰ ਵੀ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਆਪ ਵੀਰ ਜੀ ਮਿਲਾਪ ਹੋਵੇ ਉਹਨਾਂ ਦਾ, ਵੀ ਤੁਸੀਂ ਮਾੜਾ ਮੋਟਾ ਢਿੱਲ ਕਰੋ। ਕਿੰਨੇ ਸਮੇਂ ਬਾਅਦ ਮਿਲਿਓ? 72 ਸਾਲ ਹੋ ਗਏ। ਵਿਛੜੇ ਕਿਸ ਤਰ੍ਹਾਂ ਸੀਗੇ ਜੀ? ਪਹਿਲੇ ਦਿਨ ਮਿਲੇ, ਸਾਡੀ ਮਾਂ ਇੱਕ ਮਹੀਨਾ ਪਹਿਲੇ ਹੀ ਲੈ ਆਈ। ਕਦੋਂ ਲੈ ਕੇ ਆਏ ਸੀਗੇ? ਜਦੋਂ ਜਾੜੇ ਪਏ ਆ। ਅੱਛਾ ਜੀ। ਸਾਨੂੰ ਵੱਢ ਟੁੱਕ ਹੋਣ ਲੱਗ ਗਈ, ਮੈਂ ਅਤੇ ਮੇਰੀ ਭੈਣ ਸੀਗੇ, ਅਤੇ ਉਹ ਸਾਡਾ ਇੱਥੇ ਮਾਰਤਾ ਹੈ। ਅਸੀਂ ਮੁੜ ਕੇ ਫੈਸਲਾਬਾਦ ਚਲੇ ਗਏ ਪਾਕਿਸਤਾਨ 'ਚ। ਇੱਦਾਂ ਹੋਈ। ਕਿੰਨੀ ਉਮਰ ਸੀ ਤੁਹਾਡੀ ਉਸ ਟਾਈਮ? ਮੈਂ 10 ਸਾਲਾਂ ਦਾ ਹੋਊਗਾ, 8 10 ਸਾਲਾਂ ਦਾ ਹੋਸ਼ ਆਇਆ ਸੀ ਮੈਨੂੰ, ਇਹ ਮੇਰੇ ਤੋਂ ਧੀਏ ਥਾਂ ਛੋਟਾ ਸੀ। ਇਹਦੀ ਕਿੰਨੀ ਉਮਰ ਸੀ? ਕਿੰਨੀ ਕੁ ਉਮਰ ਸੀ ਉਦੋਂ ਇਹਨਾਂ ਦੀ? ਇਹਦੀ ਇਹ ਹੁਣ 5-6 ਮਹੀਨੇ ਦਾ, ਹੋਰ ਕਿੰਨੇ ਦੋ ਚੌਂਦਾ ਸੀ ਮਾਂ ਦਾ, 3 ਸਾਲ ਤੇ ਸੀ ਵੀਰਾ। ਅੱਛਾ, ਤੇ ਕਿਸ ਤਰ੍ਹਾਂ ਤੁਹਾਡਾ ਫਿਰ ਜੇ ਤੁਹਾਨੂੰ ਹੁਣ ਭਾਰਤ ਜਾ ਕੇ ਕਿਸ ਤਰ੍ਹਾਂ ਲੱਗਿਆ? ਬੜੀ ਖੁਸ਼ੀ ਹੋਈ ਆ। ਸਾਨੂੰ ਤਾਂ ਇੱਦਾਂ ਦਾ ਲੱਗਾ ਵੀ ਸਾਡਾ ਜਿੱਦਾਂ ਪਾਕਿਸਤਾਨ ਆ, ਉੱਥੇ ਘਰ ਹੀ ਬੈਠੇ ਹਾਂ। ਅੱਜ ਕਿਹੋ ਜਿਹਾ ਸਵਾਗਤ ਹੋਇਆ? ਹਾਂ, ਇਹੋ ਜਿਹਾ ਮੁਲਕ, ਇਹ ਵੀ ਮਿਸਾਲ ਆ, ਕੋਈ ਫਰਕ ਹੀ ਨਹੀਂ ਦੋਨਾਂ ਮੁਲਕਾਂ 'ਚ, ਇੱਕੋ ਜਿਹੀ ਦੁਨੀਆ, ਇੱਕੋ ਜਿਹਾ ਅਖਲਾਕ, ਪਿਆਰ। ਹਕੂਮਤ ਨੂੰ ਕੀ ਅਪੀਲ ਕਰਨੀ ਚਾਹੋ? ਹਕੂਮਤ ਅੱਗੇ ਇਹ ਕਰਦੇ ਹਾਂ ਵੀ ਹੁਣ ਜਿਸ ਬੰਦੇ ਨੇ ਸਾਡਾ ਮਿਲਾਪ ਕਰਾਇਆ ਉਹਨੇ ਵੀ ਸਾਡੇ ਨਾਲ ਕਾਗਜ਼ ਦਿੱਤੇ ਸੀ, ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ, ਸਰ ਮੈਨੂੰ ਮਿਲ ਗਿਆ। ਹਕੂਮਤ ਆਖਦੀ ਵੀ ਉਹਨੂੰ ਵੀ ਵੀਜ਼ਾ ਦੇ ਦਿੰਦੇ। ਪਿੱਛੇ ਪਰਿਵਾਰ 'ਚ ਕੌਣ ਕੌਣ ਆ ਤੁਹਾਡਾ? ਸਾਡੇ ਪਿੱਛੇ ਮੇਰੇ ਬੱਚੇ ਆ ਜੀ, ਹੋਰ ਰਿਸ਼ਤੇਦਾਰੀ ਬਹੁਤ ਆ। ਕਿੰਨੇ ਬੱਚੇ ਨੇ ਤੁਹਾਡੇ? 4 ਸ਼ਾਦੀਸ਼ੁਦਾ, ਆਪੋ ਆਪਣੀ ਘਰੀ ਹੈ। देश दुनिया की तमाम खबरों नाल जुड़े रहने लिए सबसक्राइब करो यूट्यूब पर सच कहूँ पंजाबी चैनल। इस दे नाल ही बैल आइकन दब के पाओ लेटेस्ट अपडेट सब तो पहला।